ਫੈਸ਼ਨ ਆ ਜਿਹੜੀ ਉਹ ਤਾਂ ਹਰੇਕ ਇੱਕ ਉਤਸਵ ਹੁੰਦਾ, ਇੱਕ ਤਿਉਹਾਰ ਹੁੰਦਾ, ਇੱਕ ਉਤਸ਼ਾਹ ਹੁੰਦਾ ਹੈ, ਅਤੇ ਉਹ ਆਪਣੀ ਆਪਣੀ ਪਾਰਟੀ ਵਾਲੇ ਪੂਰਾ ਜ਼ੋਰ ਲਾਉਂਦੇ ਆ, ਮਿਹਨਤ ਕਰਦੇ ਆ। ਪਰ ਇੰਨੀ ਗਰਮੀ 'ਚ ਕਿਉਂਕਿ ਹੁਣ ਇਲੈਕਸ਼ਨ ਲੜ ਕੇ ਹਟੇ ਆ ਅਤੇ ਹੁਣ ਇਲੈਕਸ਼ਨ ਦੁਬਾਰਾ ਇਹ ਜਿਹੜੀ ਆ ਬੜੀ ਛੇਤੀ ਆ ਗਈ। ਪਰ ਮੈਂ ਦੇਖ ਕੇ ਵਰਕਰ ਹੈਰਾਨ ਹਾਂ, ਫਿਰ ਉਸੇ ਤਰੀਕੇ ਨਾਲ ਚਾਅ ਨਾਲ ਖੜ੍ਹਾ ਹੈ, ਉਸੇ ਉਤਸ਼ਾਹ ਨਾਲ ਖੜ੍ਹਾ ਹੈ। ਪਰ ਇਸ ਵੇਲੇ ਜਿਹੜੀ ਸਰਕਾਰ ਆ ਉਹ ਸੈਂਟਰ 'ਚ ਮੋਦੀ ਸਾਹਿਬ ਦੀ ਬਣ ਚੁੱਕੀ ਆ। ਇੱਥੇ ਸਪੋਰਟਸ ਇੰਡਸਟਰੀ ਦੀ ਵੀ ਗੱਲ ਆ, ਇੱਥੇ ਨਸ਼ੇ ਦੀ ਵੀ ਗੱਲ ਆ, ਇੱਥੇ ਬਹੁਤ ਜਿਹੜਾ ਇਹ ਇਲਾਕਾ ਗਰੀਬ ਵੀ ਆ, ਅਤੇ ਜੇ ਉੱਥੋਂ ਪੈਸਾ ਲੈ ਕੇ ਆਉਣਾ ਇਹ ਮੌਕਾ ਹੈ ਆਪਣੇ ਕੋਲ ਦੁਬਾਰਾ ਵੀ ਇੱਥੇ ਸੈਂਟਰ ਤੋਂ, ਕਿਉਂਕਿ ਪੰਜਾਬ ਦੇ ਕੋਲ ਤਾਂ ਕੁਛ ਹੈ ਨਹੀਂ, ਪੰਜਾਬ ਦੇ ਕੋਲ ਤਾਂ ਆਮ ਆਦਮੀ ਦੇ ਕੋਲ ਕੋਈ ਧੇਲਾ ਵੀ ਉਹਨਾਂ ਕੋਲ ਹੈ ਨਹੀਂ, ਅਤੇ ਜੇ ਸੈਂਟਰ ਦੀ ਇਹ 'ਚ ਮਦਦ ਹੋ ਜਾਏਗੀ ਤਾਂ ਜ਼ਰੂਰ ਮੈਂ ਸਮਝਦਾ ਬੜੀਆਂ ਚੀਜ਼ਾਂ ਸਾਡੇ ਜਿਹੜੀ ਇੰਡਸਟਰੀ ਲਈ ਵੀ ਆ ਜਾਣਗੀਆਂ, ਗਰੀਬਾਂ ਲਈ ਵੀ ਆ ਜਾਣਗੀਆਂ, ਸਲੰਮ ਬਸਤੀਆਂ ਲਈ ਵੀ ਆ ਜਾਣਗੀਆਂ। ਅਤੇ ਜਿਹੜਾ ਨਸ਼ੇ ਨੂੰ ਰੋਕਣ ਨੂੰ ਨਾਰਕੋਟਿਕਸ ਬਿਊਰੋ ਦੇ ਦਫ਼ਤਰ ਬਣ ਰਹੇ ਆ, ਉਹ 17 ਦਫ਼ਤਰ ਜਿਹੜੇ ਆ ਇੱਥੇ ਬਣਨੇ ਆ, ਉਹਦੇ ਵਿੱਚੋਂ ਜਲੰਧਰ ਵੀ ਇੱਕ ਬਣ ਰਹੇ ਆ। ਅਤੇ ਵਿਸ਼ਵਾਸ ਦਿਵਾਉਂਦੇ ਹਾਂ ਜਦੋਂ ਉਰੇ ਆ ਕੇ ਸੈਟਅਪ ਹੋ ਗਿਆ ਅਤੇ ਨਸ਼ੇ ਨੂੰ ਜਿਹੜੀ ਠੱਲ ਆ ਉਹ ਪਏਗੀ, ਨਹੀਂ ਤਾਂ ਤੁਸੀਂ ਦੇਖਿਆ ਕਿਵੇਂ ਮੌਤਾਂ ਹੋਈ ਜਾ ਰਹੀਆਂ। ਆਹ 10,000 ਬਦਲੀ ਕਰਨਾ ਇਹ ਤਾਂ ਇੱਕ ਅੱਖਾਂ 'ਚ ਮਤਲਬ ਮਿੱਟੀ ਪਾਉਣਾ ਹੈ ਚੀਫ ਮਿਨਿਸਟਰ ਵੱਲੋਂ ਵੀ ਹੁਣ ਭਾਈ ਇਲੈਕਸ਼ਨ ਆ, ਮੈਂ ਜਵਾਬ ਦੇ ਦਿੰਦਾ ਮੈਂ ਬਦਲੀਆਂ ਕਰਨੀਆਂ। ਬਦਲੀਆਂ ਦਾ ਕੋਈ ਫਾਇਦਾ ਨਹੀਂ ਹੋਣਾ। ਜੇ ਫਿਰੋਜ਼ਪੁਰ ਵਾਲਾ ਲੁਧਿਆਣੇ ਚਲੇ ਜਾਏਗਾ, ਲੁਧਿਆਣੇ ਵਾਲਾ ਗੁਰਦਾਸਪੁਰ ਚਲੇਗਾ, ਉਹਦੇ ਨਾਲ ਕੀ ਹੋਊਗਾ? ਅਗਲਾ ਕਹੂਗਾ ਪੁਲਿਸ ਮੁਲਾਜ਼ਮ ਵੀ ਇਸ ਤੋਂ ਵੱਧ ਮੇਰੇ ਨਾਲ ਕੀ ਹੋਜੂ, ਜਿੱਥੇ ਮੈਨੂੰ ਸਿੱਟਣਾ ਹੈ ਉਹ ਸਿੱਟਦਾ, ਇਸ ਤੋਂ ਵੱਧ ਮੇਰੇ ਨਾਲ ਕੀ ਹੋਜੂ? ਇਸ ਕਰਕੇ ਇਹ ਚੀਜ਼ਾਂ ਨਾਲ ਨਹੀਂ ਫਰਕ ਪੈਂਦਾ ਹੁੰਦਾ, ਗੱਲ ਸਖਤੀ ਨਾਲ ਹੋਣੀ ਪੈਂਦਾ, ਇਹ ਕੰਮ ਕਰਨਾ ਪੈਂਦਾ ਜਿਹੜਾ ਕਿ ਨਾ ਮੁੱਖ ਮੰਤਰੀ ਕਰ ਰਿਹਾ ਨਾ ਸਰਕਾਰ ਕਰ ਰਹੀ ਹੈ। ਅਸੀਂ ਲੋਕ ਦੇਖਦੇ ਰਹੇ ਹਾਂ ਵੀ ਕਿਵੇਂ ਅੱਤਵਾਦ ਪਾਇਆ, ਤਾਂ ਨਸ਼ਾ ਹੈ। ਦੇਖੋ ਇਲੈਕਸ਼ਨ ਆ ਜਿਹੜੀ ਉਹ ਤਾਂ ਹਰੇਕ ਇੱਕ ਉਤਸਵ ਹੁੰਦਾ, ਇੱਕ ਤਿਉਹਾਰ ਹੁੰਦਾ, ਇੱਕ ਉਤਸ਼ਾਹ ਹੁੰਦਾ ਹੈ, ਅਤੇ ਉਹ ਆਪਣੀ ਆਪਣੀ ਪਾਰਟੀ ਵਾਲੇ ਪੂਰਾ ਜ਼ੋਰ ਲਾਉਂਦੇ ਆ, ਮਿਹਨਤ ਕਰਦੇ ਆ। ਪਰ ਇੰਨੀ ਗਰਮੀ 'ਚ ਕਿਉਂਕਿ ਹੁਣ ਇਲੈਕਸ਼ਨ ਲੜ ਕੇ ਹਟੇ ਆ ਅਤੇ ਹੁਣ ਇਲੈਕਸ਼ਨ ਦੁਬਾਰਾ ਇਹ ਜਿਹੜੀ ਆ ਬੜੀ ਛੇਤੀ ਆ ਗਈ। ਪਰ ਮੈਂ ਦੇਖ ਕੇ ਵਰਕਰ ਹੈਰਾਨ ਹਾਂ, ਫਿਰ ਉਸੇ ਤਰੀਕੇ ਨਾਲ ਚਾਅ ਨਾਲ ਖੜ੍ਹਾ ਹੈ, ਉਸੇ ਉਤਸ਼ਾਹ ਨਾਲ ਖੜ੍ਹਾ ਹੈ। ਪਰ ਇਸ ਵੇਲੇ ਜਿਹੜੀ ਸਰਕਾਰ ਆ ਉਹ ਸੈਂਟਰ 'ਚ ਮੋਦੀ ਸਾਹਿਬ ਦੀ ਬਣ ਚੁੱਕੀ ਆ। ਇੱਥੇ ਸਪੋਰਟਸ ਇੰਡਸਟਰੀ ਦੀ ਵੀ ਗੱਲ ਆ, ਇੱਥੇ ਨਸ਼ੇ ਦੀ ਵੀ ਗੱਲ ਆ, ਇੱਥੇ ਬਹੁਤ ਜਿਹੜਾ ਇਹ ਇਲਾਕਾ ਗਰੀਬ ਵੀ ਆ, ਅਤੇ ਜੇ ਉੱਥੋਂ ਪੈਸਾ ਲੈ ਕੇ ਆਉਣਾ ਇਹ ਮੌਕਾ ਹੈ ਆਪਣੇ ਕੋਲ ਦੁਬਾਰਾ ਵੀ ਇੱਥੇ ਸੈਂਟਰ ਤੋਂ, ਕਿਉਂਕਿ ਪੰਜਾਬ ਦੇ ਕੋਲ ਤਾਂ ਕੁਛ ਹੈ ਨਹੀਂ, ਪੰਜਾਬ ਦੇ ਕੋਲ ਤਾਂ ਆਮ ਆਦਮੀ ਦੇ ਕੋਲ ਕੋਈ ਧੇਲਾ ਵੀ ਉਹਨਾਂ ਕੋਲ ਹੈ ਨਹੀਂ, ਅਤੇ ਜੇ ਸੈਂਟਰ ਦੀ ਇਹ 'ਚ ਮਦਦ ਹੋ ਜਾਏਗੀ ਤਾਂ ਜ਼ਰੂਰ ਮੈਂ ਸਮਝਦਾ ਬੜੀਆਂ ਚੀਜ਼ਾਂ ਸਾਡੇ ਜਿਹੜੀ ਇੰਡਸਟਰੀ ਲਈ ਵੀ ਆ ਜਾਣਗੀਆਂ, ਗਰੀਬਾਂ ਲਈ ਵੀ ਆ ਜਾਣਗੀਆਂ, ਸਲੰਮ ਬਸਤੀਆਂ ਲਈ ਵੀ ਆ ਜਾਣਗੀਆਂ। ਅਤੇ ਜਿਹੜਾ ਨਸ਼ੇ ਨੂੰ ਰੋਕਣ ਨੂੰ ਨਾਰਕੋਟਿਕਸ ਬਿਊਰੋ ਦੇ ਦਫ਼ਤਰ ਬਣ ਰਹੇ ਆ, ਉਹ 17 ਦਫ਼ਤਰ ਜਿਹੜੇ ਆ ਇੱਥੇ ਬਣਨੇ ਆ, ਉਹਦੇ ਵਿੱਚੋਂ ਜਲੰਧਰ ਵੀ ਇੱਕ ਬਣ ਰਹੇ ਆ। ਅਤੇ ਵਿਸ਼ਵਾਸ ਦਿਵਾਉਂਦੇ ਆ ਜਦੋਂ ਉਰੇ ਆ ਕੇ ਸੈਟਅਪ ਹੋ ਗਿਆ ਅਤੇ ਨਸ਼ੇ ਨੂੰ ਜਿਹੜੀ ਠੱਲ ਆ ਉਹ ਪਏਗੀ, ਨਹੀਂ ਤਾਂ ਤੁਸੀਂ ਦੇਖਿਆ ਕਿਵੇਂ ਮੌਤਾਂ ਹੋਈ ਜਾ ਰਹੀਆਂ। ਆਹ 10,000 ਬਦਲੀ ਕਰਨਾ ਇਹ ਤਾਂ ਇੱਕ ਅੱਖਾਂ 'ਚ ਮਤਲਬ ਮਿੱਟੀ ਪਾਉਣਾ ਹੈ ਚੀਫ ਮਿਨਿਸਟਰ ਵੱਲੋਂ ਵੀ ਹੁਣ ਭਾਈ ਇਲੈਕਸ਼ਨ ਆ, ਮੈਂ ਜਵਾਬ ਦੇ ਦਿੰਦਾ ਮੈਂ ਬਦਲੀਆਂ ਕਰਨੀਆਂ। ਬਦਲੀਆਂ ਦਾ ਕੋਈ ਫਾਇਦਾ ਨਹੀਂ ਹੋਣਾ। ਜੇ ਫਿਰੋਜ਼ਪੁਰ ਵਾਲਾ ਲੁਧਿਆਣੇ ਚਲੇ ਜਾਏਗਾ, ਲੁਧਿਆਣੇ ਵਾਲਾ ਗੁਰਦਾਸਪੁਰ ਚਲੇਗਾ, ਉਹਦੇ ਨਾਲ ਕੀ ਹੋਊਗਾ? ਅਗਲਾ ਕਹੂਗਾ ਪੁਲਿਸ ਮੁਲਾਜ਼ਮ ਵੀ ਇਸ ਤੋਂ ਵੱਧ ਮੇਰੇ ਨਾਲ ਕੀ ਹੋਜੂ, ਜਿੱਥੇ ਮੈਨੂੰ ਸਿੱਟਣਾ ਹੈ ਉਹ ਸਿੱਟਦਾ, ਇਸ ਤੋਂ ਵੱਧ ਮੇਰੇ ਨਾਲ ਕੀ ਹੋਜੂ? ਇਸ ਕਰਕੇ ਇਹ ਚੀਜ਼ਾਂ ਨਾਲ ਨਹੀਂ ਫਰਕ ਪੈਂਦਾ ਹੁੰਦਾ, ਗੱਲ ਸਖਤੀ ਨਾਲ ਹੋਣੀ ਪੈਂਦਾ, ਇਹ ਕੰਮ ਕਰਨਾ ਪੈਂਦਾ ਜਿਹੜਾ ਕਿ ਨਾ ਮੁੱਖ ਮੰਤਰੀ ਕਰ ਰਿਹਾ ਨਾ ਸਰਕਾਰ ਕਰ ਰਹੀ ਹੈ। ਅਸੀਂ ਲੋਕ ਦੇਖਦੇ ਰਹੇ ਹਾਂ ਵੀ ਕਿਵੇਂ ਅੱਤਵਾਦ ਪਾਇਆ, ਤਾਂ ਨਸ਼ਾ ਹੈ।